ਤਾਂ ਤੇ ਐਸਾ ਨਾਮ ਮਨ ਸਦਾ ਧਿਆਈਐ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਮਨੋਹਰ ਰਚਨਾ ਦੇ ਵਿੱਚ ਸਾਨੂੰ ਪ੍ਰੇਰਿਤ ਕਰਦੇ ਨੇ, ਕਹਿੰਦੇ ਨੇ ਉਹ ਨਾਮ ਵਾਹਿਗੁਰੂ ਦੀ ਉਹ ਯਾਦ ਜਿਹੜੀ ਰਾਜ ਨਾਲੋਂ ਵੀ ਸਾਨੂੰ ਵੱਧ ਸੁੱਖ ਦੇਣ ਵਾਲੀ ਹੈ, ਹਰ ਮੁਸੀਬਤਾਂ ਦੁੱਖਾਂ ਸੁੱਖਾਂ ਦੇ ਵਿੱਚ ਸਾਨੂੰ ਰਾਹਤ ਦੇਣ ਵਾਲੀ ਹੈ, ਜਿੱਥੇ ਕੋਈ ਨਹੀਂ ਹੁੰਦਾ ਉੱਥੇ ਮਦਦ ਕਰਨ ਵਾਲੀ ਹੈ, ਤਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਐਸਾ ਨਾਮ ਵਾਹਿਗੁਰੂ ਜੀ ਦਾ ਨਾਮ ਮਨ ਸਦਾ ਧਿਆਈਐ। ਹੇ ਮਨ ਸਦਾ ਧਿਆਓ, ਸਦਾ ਚੇਤੇ ਕਰੋ, ਨਾਨਕ ਗੁਰਮੁਖ ਪਰਮ ਗਤ ਪਾਈਐ। ਗੁਰੂ ਦੀ ਰਾਹੀਂ ਨਾਮ ਜਪਿਆ ਹੋਇਆ ਪਰਮ ਗਤ ਪਾਈਐ। ਗਤ ਦੇ ਤੱਤੇ ਨੂੰ ਸਿਹਾਰੀ ਹੈ, ਭਾਵ ਹੈ ਗਤੀ। ਗਤੀ ਨਾਮ ਹੈ ਚਾਲ ਦਾ, ਗਤੀ ਨਾਮ ਹੈ ਅਵਸਥਾ ਦਾ। ਗੁਰਮਤ ਅਨੁਸਾਰ ਇਉਂ ਚੱਲਦਿਆਂ ਹੋਇਆਂ ਜਦੋਂ ਮਨੁੱਖ ਵਾਹਿਗੁਰੂ ਜੀ ਦੇ ਨਾਲ ਜੁੜਦਾ ਹੈ ਤਾਂ ਪਰਮ ਗਤੀ ਪ੍ਰਾਪਤ ਕਰਦਾ ਹੈ। ਛੂਟਤ ਨਹੀਂ ਕੋਟ ਲੱਖ ਬਾਹੀ, ਅਦਰਵਾਈਜ਼ ਮਨੁੱਖ ਖਲਾਸੀ ਨਹੀਂ ਪਾ ਸਕਦਾ, ਭਾਵੇਂ ਲੱਖਾਂ ਬਾਹਾਂ ਵਾਲੀ ਗੱਲ ਵੀ ਕਿਉਂ ਨਾ ਬਣ ਜਾਏ। ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ ਵੀ ਮਨੁੱਖ ਵਿਕਾਰਾਂ ਤੋਂ ਬਚ ਨਹੀਂ ਸਕਦਾ ਹੁੰਦਾ। ਕਿਵੇਂ ਬਚ ਸਕਦਾ ਹੈ? ਨਾਮ ਜਪਤੈ ਪਾਰ ਪਰਾਹੀ, ਵਾਹਿਗੁਰੂ ਦਾ ਨਾਮ ਜਪ ਕੇ ਜੀ ਪਾਰ ਲੰਘਦੇ ਹਨ। ਅਨਕ ਵਿਘਨ ਜੈ ਆਏ ਸੰਘਾਰੈ, ਅਨੇਕਾਂ ਵਿਘਨ ਆ ਕੇ ਜਿੱਥੇ ਬੰਦੇ ਨੂੰ ਦਬਾ ਲੈਂਦੇ ਨੇ, ਅਨੇਕਾਂ ਔਕੜਾਂ ਜਿੱਥੇ ਆ ਕੇ ਦਬਾ ਲੈਂਦੀਆਂ ਨੇ, ਬੰਦੇ ਦੀ ਹੋਂਦ ਹੀ ਜਿਹੜੀ ਹੈ ਉਹ ਸ਼ੱਕੀ ਬਣਾ ਦਿੰਦੀਆਂ ਨੇ। ਇਸ ਹੱਦ ਤੱਕ ਸਾਹਿਬ ਕਹਿੰਦੇ ਨੇ ਜੇ ਕਿਤੇ ਇਹੋ ਜਿਹੀ ਗੱਲ ਵੀ ਕਿਉਂ ਨਾ ਬਣੀ ਹੋਈ ਹੋਵੇ, ਜੇ ਮਨੁੱਖ ਜੁੜ ਜਾਏ ਵਾਹਿਗੁਰੂ ਜੀ ਦੇ ਨਾਲ, ਹਰ ਕਾ ਨਾਮ ਤਤਕਾਲ ਉਧਾਰੈ, ਵਾਹਿਗੁਰੂ ਦੀ ਯਾਦ ਤਤਕਾਲ, ਤਤਕਾਲ ਤੋਂ ਭਾਵ ਹੈ ਫੌਰਨ ਹੀ ਉਸਦਾ ਉਧਾਰ ਕਰ ਦਿੰਦੀ ਹੈ। ਅਨਕ ਜੂਨ ਜਨਮੈ ਮਰ ਜਾਮ, ਮਨੁੱਖ ਅਨੇਕਾਂ ਜੂਨਾਂ ਵਿੱਚ ਜੰਮਦਾ ਹੈ ਫਿਰ ਮਰਦਾ ਹੈ, ਨਾਮ ਜਪਤ ਪਾਵੈ ਵਿਸਰਾਮ। ਪਰ ਇਸ ਜੰਮਣ ਮਰਨ ਤੋਂ ਵਿਸਰਾਮ ਪਾ ਸਕਦਾ ਹੈ, ਛੁਟਕਾਰਾ ਪਾ ਸਕਦਾ ਹੈ ਉਸ ਦੇ ਨਾਲ ਜੁੜ ਕੇ। ਆਉਂ ਮੈਲਾ ਮਲ ਕਬਹੂ ਨਾ ਧੋਵੈ, ਸਤਿਗੁਰੂ ਕਹਿੰਦੇ ਨੇ ਹਉਮੈ ਨਾਲ ਗੰਦਾ ਹੋਇਆ ਮਨੁੱਖ ਜਿਹੜਾ ਹੈ ਨਾ, ਇਹ ਆਪਣੀ ਮੈਲ ਨਹੀਂ ਧੋਂਦਾ। ਆਮ ਇਸ ਦੀ ਨਾ ਜੀਵਨ ਦੀ ਪ੍ਰਵਿਰਤੀ ਇਹੋ ਜਿਹੀ ਬਣੀ ਹੋਈ ਹੈ, ਇਹਦਾ ਧਿਆਨ ਨਹੀਂ ਕਰਦਾ। ਜੇ ਕਿਤੇ ਧੋਣ ਦਾ ਯਤਨ ਕਰੇ ਤਾਂ ਇਹ ਸਾਬਣਾਂ ਦੇ ਨਾਲ, ਪਾਣੀਆਂ ਦੇ ਨਾਲ, ਹੋਰ ਕਿਸੇ ਢੰਗ ਦੇ ਨਾਲ ਫਿਰ ਧੋਤੀ ਵੀ ਨਹੀਂ ਜਾ ਸਕਦੀ ਇਹ ਮੈਲ। ਕਾਹਦੇ ਨਾਲ ਮੈਲ ਧੋਤੀ ਜਾ ਸਕਦੀ ਹੈ? ਹਰਿ ਕਾ ਨਾਮ ਕੋਟ ਪਾਪ ਖੋਵੈ, ਹਰੀ ਦਾ ਨਾਮ ਹੈ ਜਿਹੜਾ ਕਰੋੜਾਂ ਪਾਪਾਂ ਨੂੰ ਦੂਰ ਕਰ ਦਿੰਦਾ ਹੈ। ਐਸਾ ਨਾਮ ਜਪੋ ਮਨ ਰੰਗ, ਇਹ ਮੇਰੇ ਮਨ ਪਿਆਰ ਵਿੱਚ ਆ ਕੇ ਵਾਹਿਗੁਰੂ ਦਾ ਇਹ ਜੋ ਨਾਮ ਹੈ ਉਸਨੂੰ ਜ਼ਰੂਰ ਜਪੋ। ਨਾਨਕ ਪਾਈਐ ਸਾਧਕੈ ਸੰਗ, ਗੁਰਮੁਖਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਇਹ ਪ੍ਰਾਪਤ ਹੁੰਦਾ ਹੈ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹੁਣ ਕੋਈ ਮਨੁੱਖ ਸੋਚਣ ਲੱਗ ਪਵੇ ਬਈ ਸਾਨੂੰ ਪਤਾ ਲੱਗਾ, ਇੱਕ ਵਾਰ ਗੁਰਦੁਆਰੇ ਗਿਆ, ਪਤਾ ਲੱਗਾ ਪੰਜ ਪਿਆਰਿਆਂ ਦੇ ਪਾਸੋਂ ਕਿ ਆਹ ਨਾਮ ਹੈ, ਅਤੇ ਇਹ ਤਾਂ ਫਿਰ ਅਸੀਂ ਕਿਸੇ ਤਰ੍ਹਾਂ ਵੀ ਸਿਮਰ ਸਕਦੇ ਹਾਂ, ਕਿਸੇ ਤਰ੍ਹਾਂ ਵੀ ਚੇਤੇ ਕਰ ਸਕਦੇ ਹਾਂ। ਗੱਲ ਤਾਂ ਇਵੇਂ ਹੀ ਹੈ, ਲੇਕਿਨ ਨਾਮ ਦਾ ਪ੍ਰਗਟ ਹੋਣਾ, ਨਾਮ ਦਾ ਸਵਾਸਾਂ ਦੇ ਵਿੱਚ ਰੋਮ ਰੋਮ ਦੇ ਵਿੱਚ ਵਾਸਾ ਹੋ ਜਾਣਾ, ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਜੁਗਤੀਆਂ ਵਾਲੀਆਂ ਗੱਲਾਂ ਨੇ, ਇਹ ਹੌਲੀ ਹੌਲੀ ਚੱਲਿਆਂ ਸੰਗਤ ਵਿੱਚ ਜੁੜ ਬੈਠੇ ਹਾਂ, ਸੰਗਤ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਸਰਵਣ ਕੀਤਿਆਂ, ਵਾਹਿਗੁਰੂ ਦੀ ਬੇਅੰਤਤਾ ਦਾ ਅਹਿਸਾਸ ਕੀਤਿਆਂ ਹੋਇਆਂ ਹੀ ਹੌਲੀ ਹੌਲੀ ਕਰਕੇ ਸਾਨੂੰ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਮਹਾਰਾਜ ਅਗਲੇ ਚੌਥੇ ਪਦ ਦੇ ਵਿੱਚ, ਦੂਸਰੀ ਅਸ਼ਟਪਦੀ ਦੇ ਚੌਥੇ ਪਦ ਵਿੱਚ ਫੁਰਮਾਨ ਕਰਦੇ ਨੇ, ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਜਿਸ ਮਾਰਗ ਦੇ ਕੋ ਗਿਣੇ ਨਹੀਂ ਜਾ ਸਕਦੇ,
ਹਰਿ ਕਾ ਨਾਮ ਉਵਾਂ ਸੰਗ ਤੋਸ਼ਾ। ਨਾ ਕਿਸੇ ਮਨੁੱਖ ਨੂੰ ਇਹ ਪਤਾ ਹੈ ਕਿ ਮੇਰੀ ਜ਼ਿੰਦਗੀ ਕਿੰਨੀ ਲੰਬੀ ਹੈ, ਨਾ ਕਿਸੇ ਮਨੁੱਖ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜ਼ਿੰਦਗੀ ਦੇ ਇਹਨਾਂ ਪੈਂਡਿਆਂ ਨੂੰ ਮੈਂ ਤੈਅ ਆਉਣ ਵਾਲਿਆਂ ਕਿਵੇਂ ਕਰਨਾ ਹੈ, ਮੇਰਾ ਭਵਿੱਖ ਕੈਸਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਹੋ ਗਿਆ, ਵਾਹਿਗੁਰੂ ਜਿਸ ਨੇ ਬਣਾਇਆ ਹੈ ਤੈਨੂੰ ਜ਼ਿੰਦਗੀ ਦੇ ਪੈਂਡਿਆਂ ਨੂੰ ਤੈਅ ਕਰਨ ਵਾਸਤੇ, ਜੇ ਤੂੰ ਉਸਦੀ ਯਾਦ ਨੂੰ ਆਪਣਾ ਤੋਸ਼ਾ ਬਣਾ ਲਵੇਂ, ਵਧੀਆ ਪਕਵਾਨ ਬਣਾ ਲਵੇਂ, ਵਧੀਆ ਪੂੰਜੀ ਦੇ ਖਰਚ ਬਣਾ ਲਵੇਂ, ਅਤੇ ਫਿਰ ਜਿੰਨੇ ਮਰਜ਼ੀ ਲੰਬੇ ਪੈਂਡੇ ਕਿਉਂ ਨਾ ਹੋਣ, ਫਿਰ ਕਿਹੜੀ ਫਿਕਰ ਵਾਲੀ ਗੱਲ ਹੋਈ। ਜੇ ਪੈਂਡ ਹੈ ਮਹਾਂ ਅੰਧ ਗੁਬਾਰਾ, ਜਿਹਨਾਂ ਰਸਤਿਆਂ ਦੇ ਵਿੱਚ ਅੰਧ ਗੁਬਾਰ ਹੈ, ਕੁੱਪਾ ਹਨੇਰਾ ਹੈ, ਹਰਿ ਕਾ ਨਾਮ ਸੰਗ ਉਜਿਆਰਾ, ਵਾਹਿਗੁਰੂ ਦਾ ਨਾਮ ਉੱਥੇ ਸੰਗ ਉਜਿਆਰਾ ਚਾਨਣਾ ਹੀ ਚਾਨਣਾ ਕਰਦਾ ਹੈ, ਉੱਥੇ ਵਿਕਾਰਾਂ ਦਾ ਕੁੱਪਾ ਹਨੇਰਾ ਜਿਹੜਾ ਹੈ ਨਾ, ਉਹ ਕੁਛ ਵੀ ਵਿਗਾੜ ਨਹੀਂ ਸਕਦਾ। ਜਹਾਂ ਪੰਥ ਤੇਰਾ ਕੋ ਨਾ ਸਿਝਾਣੂ, ਜਿਸ ਰਸਤੇ 'ਤੇ ਤੇਰਾ ਕੋਈ ਵੀ ਜਾਣ ਪਛਾਣ ਵਾਲਾ ਨਹੀਂ, ਸਿਝਾਣੂ ਨਹੀਂ ਹੈਗਾ, ਹਰਿ ਕਾ ਨਾਮ ਤਹ ਨਾਲ ਪਛਾਣੂ, ਵਾਹਿਗੁਰੂ ਜੀ ਦੀ ਯਾਦ ਹੈ ਜਿਹੜੀ ਸਦਾ ਤੇਰੇ ਨਾਲ ਤੇਰੀ ਜਾਣ ਪਛਾਣ ਵਾਲੀ ਹੈ, ਉਹ ਸਦਾ ਹੀ ਤੈਨੂੰ ਵਾਹਿਗੁਰੂ ਦੀ ਜਾਣਦੇ ਨੇ, ਤੂੰ ਕੌਣ ਹੈ। ਸਿਰਫ ਲੋੜ ਇਸ ਗੱਲ ਦੀ ਹੈ ਕਿ ਤੂੰ ਆਪਣੇ ਅੰਦਰ ਜਿਹੜਾ ਝਾਤੀ ਪਾ, ਉਸ ਦੇ ਨਾਲ ਨੇੜੇ ਆਉਣ ਦਾ ਯਤਨ ਕਰ। ਸ਼ਾਹ ਬਾਤੋ ਹਮ ਮਸ਼ੀਨੋ ਹਮ ਜ਼ੁਬਾਂ, ਉਹ ਤਾਂ ਤੇਰੇ ਨਾਲ ਸਦਾ ਗੱਲਾਂ ਕਰਦਾ ਹੈ, ਉਹ ਤਾਂ ਸਦਾ ਤੇਰੇ ਕੋਲ ਬੈਠਾ ਹੋਇਆ। ਤੂੰ ਬਾਸੂਏ ਹਰ ਕਸ ਐ ਨਾਕਸ ਦਵਾਂ, ਭਾਈ ਸਾਹਿਬ ਭਾਈ ਨੰਦ ਲਾਲ ਜੀ ਜ਼ਿਕਰ ਕਰਦੇ ਨੇ, ਕਹਿਣ ਲੱਗੇ ਇਹ ਤੇਰੀ ਹੁਣ ਬਦਕਿਸਮਤੀ ਹੈ ਵੀ ਐਵੇਂ ਇੱਧਰ ਉੱਧਰ ਦੌੜਦਾ ਭੱਜਦਾ ਰਹਿੰਦਾ ਹੈ, ਵਾਹਿਗੁਰੂ ਤਾਂ ਤੇਰੇ ਨਾਲ ਗੱਲਾਂ ਕਰਦਾ ਹੈ, ਤੇਰੇ ਨਾਲ ਬਚਨ ਕਰਦਾ ਹੈ। ਜਾਂ ਪੰਥ ਤੇਰਾ ਕੋ ਨਾ ਸਿਝਾਣੂ, ਹਰ ਕਾ ਨਾਮ ਤੈ ਨਾਲ ਪਛਾਣੂ, ਉਹ ਤਾਂ ਤੈਨੂੰ ਚੰਗੀ ਤਰ੍ਹਾਂ ਪਛਾਣਦੇ ਨੇ। ਲੋੜ ਇਸ ਗੱਲ ਦੀ ਹੈ ਕਿ ਤੂੰ ਉਹਨਾਂ ਦੇ ਨਾਲ ਆਪਣੀ ਪਛਾਣ ਬਣਾਵੇਂ। ਜੈ ਮਾਂ ਭਿਆਣ ਤਪਤ ਬਹੁ ਘਾਮ, ਜ਼ਿੰਦਗੀ ਦੇ ਜਿਨ੍ਹਾਂ ਰਸਤਿਆਂ 'ਤੇ ਵਿਕਾਰਾਂ ਦੀ ਬੜੀ ਭਿਆਨਕ ਤਪਸ਼ ਹੈ, ਭਿਆਨਕ ਗਰਮੀ ਹੈ, ਤੈਂ ਹਰ ਕੇ ਨਾਮ ਕੀ ਤੁਮੀ ਉੱਪਰ ਛਾਮ, ਉੱਥੇ ਕੇਵਲ ਪ੍ਰਭੂ ਦਾ ਨਾਮ ਹੀ ਪਿਆਰਿਆ, ਤੇਰੇ ਉੱਪਰ ਠੰਡੀ ਛਾਂ ਹੈ, ਸ਼ੀਤਲ ਛਾਂ ਹੈ। ਜਹਾਂ ਤ੍ਰਿਖਾ ਮਨ ਤੁਜਿਆ ਕਰਖਾ, ਜਿੱਥੇ ਤੇਰਾ ਮਨ ਅਕਰਖ ਹੋ ਜਾਂਦਾ ਹੈ, ਭਾਵ ਬੁਰਾ ਹਾਲ ਹੋ ਜਾਂਦਾ ਤੇਰੇ ਮਨ ਦਾ ਤ੍ਰਿਖਾ ਦੇ ਨਾਲ, ਮਾਇਆ ਦੀ ਤ੍ਰਿਖਾ ਦੇ ਨਾਲ, ਤੈਂ ਨਾਨਕ ਹਰਿ ਹਰਿ ਅੰਮ੍ਰਿਤ ਵਰਖਾ। ਪਾਣੀ ਦੀ ਤ੍ਰਿਖਾ ਹੋਵੇ ਤਾਂ ਪਾਣੀ ਨਾਲ ਬੁੱਝੇਗੀ, ਲੇਕਿਨ ਜਿਹੜੀ ਮਾਇਆ ਦੀ ਤ੍ਰਿਖਾ ਹੈ ਨਾ, ਇਹ ਪਾਣੀ ਨਾਲ ਜਾਂ ਕਿਸੇ ਹੋਰ ਵਸਤੂ ਦੇ ਨਾਲ ਨਹੀਂ ਬੁੱਝਦੀ, ਇਹ ਤਾਂ ਬੁੱਝਦੀ ਹੈ ਕੇਵਲ ਵਾਹਿਗੁਰੂ ਦੇ ਨਾਮ ਅੰਮ੍ਰਿਤ ਦੀ ਵਰਖਾ ਦੇ ਨਾਲ। ਭਗਤ ਜਣਾ ਕੀ ਬਰਤਨ ਨਾਮ, ਹੁਣ ਸਾਹਿਬ ਸੱਚੇ ਪਾਤਸ਼ਾਹ ਖਿਆਲ ਨੂੰ ਅੱਗੇ ਵਧਾਉਂਦਿਆਂ ਫਰਮਾਨ ਕਰਦੇ ਨੇ, ਕਹਿੰਦੇ ਨੇ ਜਿਹੜੇ ਪ੍ਰਭੂ ਦੇ ਪਿਆਰ ਵਾਲੇ ਨੇ ਨਾ, ਉਹਨਾਂ ਦੀ ਬਰਤਨ, ਬਰਤਨ ਲਫ਼ਜ਼ ਦਾ ਅਰਥ ਹੈ ਜਿਸ ਚੀਜ਼ ਨੂੰ ਹਰ ਵੇਲੇ ਵਰਤਦੇ ਰਹਿੰਦੇ ਨੇ, ਜਿਸ ਚੀਜ਼ ਨੂੰ ਹਰ ਵੇਲੇ ਵਰਤਦੇ ਨੇ ਹੋਰ ਕੁਛ ਕਰਨ ਦੇ ਵਾਸਤੇ, ਜਿਹਨੂੰ ਅੰਗਰੇਜ਼ੀ ਵਿੱਚ ਹੈਂਡ ਟੂਲ ਵੀ ਕਿਹਾ ਜਾ ਸਕਦਾ ਹੈ, ਇਹਨਾਂ ਦੀ ਬਰਤਨ ਕੀ ਹੈ ਭਗਤ ਜਨਾਂ ਦੀ? ਕੇਵਲ ਵਾਹਿਗੁਰੂ ਦੀ ਯਾਦ, ਉਹ ਵਾਹਿਗੁਰੂ ਦੇ ਆਸਰੇ ਹੀ ਰਹਿ ਕੇ ਸਦਾ ਸਾਰਾ ਕੁਛ ਕਰਦੇ ਨੇ। ਸੰਤ ਜਨਾਂ ਕਹਿ ਮਨ ਵਿਸਰਾਮ, ਵਾਹਿਗੁਰੂ ਜੀ ਕਰਤਾਰ ਜੋ ਹਨ, ਇਹ ਭਗਤ ਜਨਾਂ ਦੇ ਹਿਰਦੇ ਵਿੱਚ ਟਿਕੇ ਰਹਿੰਦੇ ਹਨ। ਹਰਿ ਕਾ ਨਾਮ ਦਾਸ ਕੀ ਓਟ, ਦਾਸ ਦੀ ਓਟ ਕੀ ਹੈ? ਵਾਹਿਗੁਰੂ ਦਾ ਨਾਮ। ਹਰਿ ਕਾ ਨਾਮ ਉਧਰੇ ਜਨ ਕੋਟ, ਕਰੋੜਾਂ ਹੀ ਉਧਰ ਗਏ, ਉਧਾਰ ਹੋ ਗਏ ਵਾਹਿਗੁਰੂ ਜੀ ਦੇ ਨਾਲ ਮਿਲ ਕੇ। ਹਰ ਜਸ ਕਰਤ ਸੰਤ ਦਿਨ ਰਾਤ, ਸੰਤ ਜਿਹੜੇ ਨੇ, ਭਗਤ ਜਿਹੜੇ ਨੇ, ਇਹ ਦਿਨ ਰਾਤ ਉਸ ਵਾਹਿਗੁਰੂ ਦਾ ਜਸ ਕਰਦੇ ਨੇ। ਹਰਿ ਹਰਿ ਔਖਦ ਸਾਧ ਕਮਾਤ, ਇਹ ਜਿਹੜੀ ਔਖਦ ਹੈ ਨਾ, ਨਾਮ ਰੂਪੀ ਦਵਾਈ ਜਿਹੜੀ ਹੈ ਨਾ, ਪ੍ਰਭੂ ਦਾ ਨਾਮ ਰੂਪੀ ਦਵਾਈ, ਇਹ ਇਕੱਠੀ ਕਰਦੇ ਹਨ, ਸਾਧ ਕਮਾਤ ਇਹ ਕਮਾਉਂਦੇ ਹਨ।
ਹਰ ਜਨ ਕਹਿ ਹਰ ਨਾਮ ਨਿਧਾਨ। ਹਰ ਜਨ ਕਹਿ ਜਿਹੜੇ ਪ੍ਰਭੂ ਨੇ ਉਹਨਾਂ ਦੇ ਪਾਸ ਖਜ਼ਾਨੇ ਜਿਹੜੇ ਨੇ ਹੋਰ ਖਜ਼ਾਨੇ ਨਹੀਂ ਹਨ, ਹਰ ਨਾਮ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਹਨ। ਪਾਰ ਬ੍ਰਹਮ ਜਨ ਕੀਨੋ ਦਾਨ, ਪਾਰ ਬ੍ਰਹਮ ਨੇ ਆਪਣੇ ਜਨਾਂ ਨੂੰ ਇਹ ਦਾਨ ਕੀਤੇ ਨੇ, ਬਖਸ਼ੇ ਹਨ। ਮਨ ਤਨ ਰੰਗ ਰਤੇ ਰੰਗ ਇੱਕ, ਭਗਤ ਜਨ ਜਿਹੜੇ ਨੇ ਨਾ ਇਹ ਮਨ ਕਰਕੇ ਤਨ ਕਰਕੇ ਉਸ ਦੇ ਪਿਆਰ ਰੰਗ ਦੇ ਵਿੱਚ ਰਤੇ ਰਹਿੰਦੇ ਹਨ। ਨਾਨਕ ਜਨ ਕੈ ਬਿਰਤ ਬਿਬੇਕਾ, ਨਾਨਕ ਜਨ ਕੈ ਬਿਰਤ ਬਿਬੇਕਾ, ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਜਿਹੜਾ ਸੁਭਾਅ ਹੈ ਨਾ ਬਣ ਜਾਂਦਾ ਹੈ। ਭਾਵ ਕੀ ਹੈ, ਵਿਵੇਕ ਬਿਰਤੀ ਜਿਹੜੀ ਹੈ ਨਾ ਇਹ ਭਗਤ ਜਨਾਂ ਦੇ ਅੰਦਰ ਪ੍ਰਭੂ ਪਿਆਰਿਆਂ ਦੇ ਅੰਦਰ ਪੈਦਾ ਹੋ ਜਾਂਦੀ ਹੈ। ਪਰ ਇਹ ਵਿਵੇਕੀ ਬਿਰਤੀ ਜਿਹੜੀ ਹੈ ਨਾ ਇਹ ਪੈਦਾ ਉਹਨਾਂ ਦੇ ਅੰਦਰ ਹੁੰਦੀ ਹੈ ਜਿਹੜੇ ਉਸ ਕਰਤਾਰ ਦੇ ਨਾਲ ਸਦਾ ਜੁੜੇ ਰਹਿੰਦੇ ਨੇ। ਹਰਿ ਕਾ ਨਾਮ ਜਨ ਕੋ ਮੁਕਤ ਜੁਗਤ, ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਮਨੁੱਖ ਦੇ ਵਾਸਤੇ ਨਾ ਮਾਇਕ ਬੰਧਨਾਂ ਤੋਂ ਵਿਕਾਰਾਂ ਤੋਂ ਮੁਕਤੀ ਪਾਉਣ ਦੀ ਜੁਗਤੀ ਹੈ। ਹਰਿ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਪਦਾਰਥਾਂ ਦੇ ਭੋਗਾਂ ਦੇ ਵੱਲੋਂ ਨਾ ਪਦਾਰਥਾਂ ਦੇ ਰਸਾਂ ਦੇ ਵਰਤੋਂ ਦੇ ਵੱਲੋਂ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ ਹੈ। ਹਰਿ ਕਾ ਨਾਮ ਜਨ ਕਾ ਰੂਪ ਰੰਗ, ਵਾਹਿਗੁਰੂ ਦਾ ਨਾਮ ਹੀ ਹੈ ਜਿਸ ਨੂੰ ਪਿਆਰ ਕਰਕੇ ਨਾ ਮਨੁੱਖ ਸੋਹਣੇ ਬਣਦੇ ਨੇ। ਅਸਲ ਵਿੱਚ ਸਹੀ ਸੁੰਦਰ ਸੋਹਣੇ ਸਾਧ ਸੰਗ ਦਿਨ ਬਹਿਣੇ। ਹਰ ਨਾਮ ਜਪਤ ਕਬ ਪਰਾਇਆ ਨਾ ਭੰਗ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਕਦੀ ਜ਼ਿੰਦਗੀ ਦੇ ਵਿੱਚ ਨਾ ਅਟਕਾ ਨਹੀਂ ਆਉਂਦਾ, ਕਿਸੇ ਪ੍ਰਕਾਰ ਦੇ ਨਾ ਤੋਟ ਨਹੀਂ ਆਉਂਦੀ, ਭੰਗ ਨਹੀਂ ਹੁੰਦਾ ਕੁਛ। ਹਰਿ ਕਾ ਨਾਮ ਜਨ ਕੀ ਵਡਿਆਈ, ਵਾਹਿਗੁਰੂ ਦਾ ਨਾਮ ਜਨ ਦੀ ਵਡਿਆਈ ਹੈ, ਭਾਵ ਮਨੁੱਖ ਦੀ ਇੱਜ਼ਤ ਜਿਹੜੀ ਹੈ ਨਾ ਪੰਥ ਜਿਹੜੀ ਹੈ ਇਹ ਵਾਹਿਗੁਰੂ ਦੇ ਪਿਆਰ ਵਿੱਚ ਹੈ। ਹਰਿ ਕਾ ਨਾਮ ਜਨ ਸੋਭਾ ਪਾਈ, ਮਨੁੱਖ ਸੋਭਾ ਪਾਉਂਦਾ ਹੈ, ਪਿਆਰਾ ਸੋਭਾ ਪਾਉਂਦਾ ਹੈ। ਹਰਿ ਕਾ ਨਾਮ ਜਨ ਕੋ ਭੋਗ ਜੋਗ, ਵਾਹਿਗੁਰੂ ਦਾ ਨਾਮ ਹੀ ਭੋਗ ਹੈ, ਪਦਾਰਥਾਂ ਦਾ ਭੋਗ ਹੈ, ਇਹੀ ਯੋਗ ਹੈ, ਇਹੀ ਪਰਮੇਸ਼ਰ ਨੂੰ ਮਿਲਣਾ ਹੈ। ਹਰਿ ਨਾਮ ਜਪਤ ਕਛ ਨਾਹੀਂ ਬਿਯੋਗ, ਵਾਹਿਗੁਰੂ ਜੀ ਨੂੰ ਜਪਦਿਆਂ ਹੋਇਆਂ ਕਿਸੇ ਪ੍ਰਕਾਰ ਦਾ ਵਿਛੋੜਾ ਨਹੀਂ ਰਹਿ ਜਾਂਦਾ, ਭਾਵ ਕੀ ਹੈ ਕਿਸੇ ਪ੍ਰਕਾਰ ਦਾ ਵਿਯੋਗ ਕਿਸੇ ਪ੍ਰਕਾਰ ਦਾ ਕਲੇਸ਼ ਨਹੀਂ ਰਹਿ ਜਾਂਦਾ। ਜਨ ਰਾਤਾ ਹਰਿ ਨਾਮ ਕੀ ਸੇਵਾ, ਜਨ ਭਗਤ ਜਿਹੜਾ ਹੈ ਨਾ ਇਹ ਵਾਹਿਗੁਰੂ ਦੇ ਨਾਮ ਸੇਵਾ ਸਿਮਰਨ ਵਿੱਚ ਸਦਾ ਰਤਾ ਰਹਿੰਦਾ ਹੈ। ਨਾਨਕ ਪੂਜਾ ਹਰ ਹਰ ਦੇਵਾ, ਉਹ ਸਦਾ ਹਰੀ ਦੇਵਤੇ ਨੂੰ ਕਰਤਾਰ ਨੂੰ ਵਾਹਿਗੁਰੂ ਨੂੰ ਪੂਜਦਾ ਹੈ, ਉਸ ਦੇ ਨਾਲ ਜੁੜਿਆ ਰਹਿੰਦਾ ਹੈ। ਭਗਤ ਦੀ ਪੂਜਾ ਜਿਹੜੀ ਹੈ ਨਾ ਉਹ ਕੇਵਲ ਅਕਾਲ ਪੁਰਖ ਹੈ, ਸਿੱਖ ਦੀ ਪੂਜਾ ਅਕਾਲ ਪੁਰਖ ਹੈ। ਹਰ ਹਰ ਜਨ ਕਾ ਮਾਲ ਖਜ਼ੀਨਾ, ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ। ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਪ੍ਰਭੂ ਨੇ ਆਪ ਹੀ ਆਪਣੇ ਭਗਤ ਨੂੰ ਇਹ ਨਾਮ ਰੂਪੀ ਧਨ ਬਖਸ਼ਿਸ਼ ਕੀਤਾ ਹੈ। ਹਰ ਹਰ ਜਨ ਕਾ ਓਟ ਸਤਾਣੀ, ਜਿਹੜੀ ਸਤਾਣੀ ਓਟ ਹੈ ਨਾ, ਸਤਾਣੀ ਤੋਂ ਭਾਵ ਹੈ ਤਾਣ ਵਾਲੀ, ਸ਼ਕਤੀ ਵਾਲੀ, ਸ਼ਕਤੀ ਵਾਲੀ ਜਿਹੜੀ ਓਟ ਹੈ ਨਾ ਸਿੱਖ ਦੇ ਵਾਸਤੇ, ਜਨ ਦੇ ਵਾਸਤੇ, ਪ੍ਰੇਮੀ ਦੇ ਵਾਸਤੇ ਇਹ ਕੇਵਲ ਕਰਤਾ ਪੁਰਖ ਵਾਹਿਗੁਰੂ ਆਪ ਹੈ। ਐਸੀ ਓਟ, ਐਸਾ ਆਸਰਾ ਹੋਰ ਕੋਈ ਨਹੀਂ ਹੈ। ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਵਾਹਿਗੁਰੂ ਦੀ ਜਿਹੜੀ ਵਡਿਆਈ ਹੈ ਉਸ ਦੇ ਬਦੌਲਤ ਉਸ ਦੇ ਨਾਲ ਜੁੜ ਕੇ ਮਨੁੱਖ ਫਿਰ ਸਮਝਦਾ ਹੈ ਕਿ ਜੈਸੀ ਵਡਿਆਈ ਉਸ ਪ੍ਰਭੂ ਦੀ ਹੈ ਐਸੀ ਵਡਿਆਈ ਦਾ ਮਾਲਕ ਹੋਰ ਕੋਈ ਨਹੀਂ ਹੈ। ਓਤ ਪੋਤ ਜਨਾ ਹਰ ਰਸ ਰਾਤੇ, ਪਿਆਰੇ ਜਿਹੜੇ ਨੇ ਇਹ ਹਰ ਵੇਲੇ ਉਸ ਦੇ ਰਸ ਦੇ ਵਿੱਚ ਰੰਗੇ ਰਹਿੰਦੇ ਨੇ। ਸੁਣ ਸਮਾਧ ਨਾਮ ਰਸ ਮਾਤੇ, ਸੁਣ ਸਮਾਧ ਤੋਂ ਭਾਵ ਹੈ
ਇੱਕ ਇਹੋ ਜਿਹੀ ਅਵਸਥਾ ਜਿੱਥੇ ਕਿਸੇ ਪ੍ਰਕਾਰ ਦਾ ਮਾਇਕ ਫੁਰਨਾ ਬਾਕੀ ਨਾ ਰਹਿ ਜਾਏ। ਮਾਇਕ ਫੁਰਨਿਆਂ ਵੱਲੋਂ ਉਹ ਬਿਲਕੁਲ ਅਲੇਪ ਹੋ ਕੇ ਨਾਮ ਰਸ ਦੇ ਵਿੱਚ ਮੱਤੇ ਰਹਿੰਦੇ ਨੇ, ਮਸਤੇ ਰਹਿੰਦੇ ਨੇ, ਪ੍ਰਭੂ ਦੀ ਯਾਦ ਵਿੱਚ, ਪ੍ਰਭੂ ਦੇ ਪਿਆਰ ਵਿੱਚ ਮਸਤੇ ਰਹਿੰਦੇ ਨੇ। ਆਠ ਪਹਿਰ ਜਨ ਹਰ ਹਰ ਜਪੈ, ਅੱਠੇ ਪਹਿਰ ਹੀ ਮਨੁੱਖ ਹਰੀ ਦਾ ਜਾਪ ਕਰਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਐਸੇ ਭਗਤ ਜਿਹੜੇ ਨੇ ਉਹ ਛੁਪੇ ਨਹੀਂ ਰਹਿੰਦੇ, ਉਹ ਪ੍ਰਗਟ ਹੋ ਜਾਂਦੇ ਨੇ। ਹਰ ਕੀ ਭਗਤ ਮੁਕਤ ਬਹੁ ਕਰੇ, ਹਰੀ ਦੀ ਜਿਹੜੀ ਭਗਤੀ ਹੈ ਉਹ ਹਰਤਨਾਂ ਦੀ ਕਰਕੇ ਵਿਕਾਰਾਂ ਤੋਂ ਮੁਕਤੀ ਕਰਵਾ ਦਿੰਦੀ ਹੈ। ਨਾਨਕ ਜਨ ਸੰਗ ਕੇਤੇ ਤਰੇ, ਕੇਵਲ ਉਸਦੀ ਹੀ ਮੁਕਤੀ ਨਹੀਂ ਹੁੰਦੀ ਜਿਹੜਾ ਆਪ ਜਪ ਰਿਹਾ ਹੁੰਦਾ ਹੈ, ਬਲਕਿ ਉਸਦੇ ਸੁਨੇਹੀ, ਉਸਦੇ ਕੋਲ ਬਹਿਣ ਵਾਲੇ, ਉਸਦੀ ਸੰਗਤ ਕਰਨ ਵਾਲੇ ਜਿਹੜੇ ਨੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਦੂਸਰੀ ਅਸ਼ਟਪਦੀ ਦਾ, ਦੂਸਰੇ ਸ਼ਲੋਕ ਦੇ ਅਸ਼ਟਪਦੀ ਦਾ ਇਹ ਅਖੀਰਲਾ ਪਦ, ਪਾਰ ਜਾਤ ਇਹ ਹਰ ਕੋ ਨਾਮ। ਪਾਰ ਜਾਤ ਕਿਹੋ ਜਿਹਾ ਰੁੱਖ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਸੁਰਗਾਂ ਦੇ ਵਿੱਚ ਇੱਕ ਰੁੱਖ ਜਿਹੜਾ ਸਾਰੀਆਂ ਮਨੋਕਾਮਨਾਵਾਂ ਪੂਰਨ ਕਰਦਾ ਹੈ। ਇਸੇ ਤਰ੍ਹਾਂ ਕਾਮ ਧੇਨ ਗਊ ਦੇ ਬਾਬਤ ਮਿਥਿਹਾਸਿਕ ਕਥਾਵਾਂ ਪ੍ਰਸਿੱਧ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਪਾਰ ਜਾਤਾਂ ਨਾਲੋਂ, ਕਾਮ ਧੇਨਾਂ ਨਾਲੋਂ ਹੋੜ ਕੇ ਰੋਕ ਕੇ ਆਖਦੇ ਨੇ, ਸਿੱਖ ਦੇ ਵਾਸਤੇ ਹਰੀ ਦਾ ਨਾਮ ਹੀ ਹੈ ਜਿਹੜਾ ਪਾਰ ਜਾਤ ਰੁੱਖ ਹੈ। ਸਿੱਖ ਦੇ ਵਾਸਤੇ ਹਰੀ ਦਾ ਨਾਮ ਗਾਉਣਾ ਹੀ ਜਿਹੜਾ ਹੈ ਇਹ ਕਾਮ ਧੇਨ ਗਊ ਦੀ ਮਾਨਤਾ ਹੈ। ਸਭ ਤੇ ਉੱਤਮ ਹਰ ਕੀ ਕਥਾ, ਸਭ ਤੋਂ ਜਿਹੜੀ ਬਿਹਤਰ ਹੈ ਨਾ ਇਹ ਹੈ ਵਾਹਿਗੁਰੂ ਜੀ ਦੀ ਹੀ ਸਿਫਤ ਸਲਾਹ। ਨਾਮ ਸੁਣਤ ਦਰਦ ਦੁੱਖ ਲੱਥਾ, ਜਿਸ ਵਾਹਿਗੁਰੂ ਦਾ ਨਾਮ ਸੁਣਦਿਆਂ ਹੋਇਆਂ ਦੁੱਖਾਂ ਦਾ ਜਿਹੜਾ ਦਰਦ ਹੈ ਨਾ ਉਹ ਦੂਰ ਹੋ ਜਾਂਦਾ ਹੈ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਵਾਹਿਗੁਰੂ ਜੀ ਦੀ ਵਡਿਆਈ ਹੈ ਨਾ, ਉਸ ਵਡਿਆਈ ਦਾ ਅਹਿਸਾਸ ਆਮ ਦੁਨਿਆਵੀ ਬੰਦਿਆਂ ਦੇ ਅੰਦਰ ਇਉਂ ਸਾਨੂੰ ਨਹੀਂ ਲੱਭਦਾ, ਉਹਨਾਂ ਦੇ ਅੰਦਰ ਹੀ ਲੱਭਦਾ ਹੈ ਜਿਹੜੇ ਹਰ ਵੇਲੇ ਉਹਦੇ ਨਾਲ ਜੁੜੇ ਰਹਿੰਦੇ ਨੇ, ਸਵਾਸ ਸਵਾਸ ਉਸਨੂੰ ਚੇਤੇ ਕਰਦੇ ਹਨ। ਸੰਤ ਪ੍ਰਤਾਪ ਦੁਰਤ ਸਭ ਨਸੈ, ਅਤੇ ਸੰਤਾਂ ਦੇ ਪ੍ਰਤਾਪ ਦੇ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ। ਸੰਤ ਕਾ ਸੰਗਵਡ ਭਾਗੀ ਪਾਈਐ, ਫਿਰ ਵੱਡੇ ਭਾਗਾਂ ਦੇ ਨਾਲ ਅਜੇ ਸੰਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸੰਤ ਕੀ ਸੇਵਾ ਨਾਮ ਤੇ ਆਈਐ, ਸੰਤਾਂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ ਜਿਹੜਾ ਹੈ ਨਾ ਉਹ ਧਿਆਇਆ ਜਾਂਦਾ ਹੈ। ਭਾਵ ਕੀ ਹੈ ਕਿ ਜਿਹੜੇ ਪ੍ਰਭੂ ਦੇ ਸੰਤ ਹੁੰਦੇ ਨੇ, ਜਦੋਂ ਤੁਸੀਂ ਉਹਨਾਂ ਦੇ ਕੋਲ ਆਉਂਦੇ ਹੋ, ਉਹਨਾਂ ਦੇ ਕੋਲ ਆ ਕੇ ਸੇਵਾ ਕਰਨ ਦੀ ਕੋਈ ਇੱਛਾ ਪ੍ਰਗਟ ਕਰਦੇ ਹੋ, ਅਤੇ ਪ੍ਰਭੂ ਦੇ ਜਿਹੜੇ ਸੰਤ ਨੇ ਨਾ, ਚੂੰਕਿ ਉਹ ਆਪ ਉਸ ਸਾਸ ਗਿਰਾਸ ਉਸਨੂੰ ਚੇਤੇ ਕਰਦੇ ਰਹਿੰਦੇ ਨੇ ਅਤੇ ਉਸੇ ਦੇ ਨਾਲ ਹੀ ਮਿਲਾਉਂਦੇ ਹਨ, ਉਹ ਆਪਣੇ ਚਰਨਾਂ ਨਾਲ ਨਹੀਂ ਜੋੜਦੇ, ਆਪਣੇ ਪੈਰਾਂ ਦੀ ਸੇਵਾ ਨਹੀਂ ਕਰਵਾਉਂਦੇ, ਆਪਣੇ ਸਰੀਰ ਦੀ ਸੇਵਾ, ਫਿਜ਼ੀਕਲ ਸੇਵਾ ਨਹੀਂ ਕਰਵਾਉਂਦੇ, ਬਲਕਿ ਉਸ ਵਾਹਿਗੁਰੂ ਦੇ ਨਾਲ ਜੋੜਦੇ ਹਨ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜ਼ਿਕਰ ਕਰਦੇ ਨੇ, ਕਹਿੰਦੇ ਨੇ ਕਿ ਵਾਹਿਗੁਰੂ ਦੀ ਬਹੁਤ ਬਖਸ਼ਿਸ਼ ਹੈ ਕਿ ਸਾਨੂੰ ਮਨੁੱਖਾ ਤਨ ਉਸਨੇ ਦਿੱਤਾ, ਲੇਕਿਨ ਇੱਕ ਬਖਸ਼ਿਸ਼ ਉਸਦੀ ਹੋਰ ਇਸ ਤੋਂ ਵੀ ਵੱਡੀ ਹੈ। ਤੁਸੀਂ ਪੁੱਛੋਗੇ ਕਿ ਉਹ ਕੀ ਹੈ, ਉਹ ਕੀ ਅਹਿਸਾਨ ਹੈ? ਚੀਸਤ ਅਹਿਸਾਨ ਸੋਭ ਅਤੇ ਮਰਦਾਨ ਹੱਕ, ਇੱਕ ਇਹ ਹੈ ਸਾਨੂੰ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਕਿ ਆਪਣੇ ਪਿਆਰਿਆਂ ਦੀ ਸੰਗਤ ਦੇ ਦਿੱਤੀ। ਹਾਂ ਕਿਵੇਂ ਖੁਆਨੰਦ ਅਜ਼ ਇਸ਼ਕ ਸਬਕ, ਕਿਹੜੇ ਪਿਆਰੇ, ਜਿਹੜੇ ਪਿਆਰੇ ਹਰ ਵੇਲੇ ਬੈਠ ਕੇ ਉਸ ਵਾਹਿਗੁਰੂ ਦੇ ਪਿਆਰ ਦਾ ਜਿਹੜਾ ਸਬਕ ਹੈ ਨਾ ਉਹ ਪੜ੍ਹਦੇ ਰਹਿੰਦੇ। ਜਦੋਂ ਤੁਸੀਂ ਉਹਨਾਂ ਦੇ ਕੋਲ ਜਾਓਗੇ, ਕਿਉਂਕਿ ਆਪ ਉਹ ਇਹੀ ਸਬਕ ਪੜ੍ਹ ਰਹੇ ਹੁੰਦੇ ਨੇ, ਅਤੇ ਫਿਰ ਉਹਨਾਂ ਦੇ ਕੋਲ ਜਾਣ ਵਾਲਿਆਂ ਨੂੰ ਵੀ ਉਹ ਇਹੀ ਸਬਕ ਜਿਹੜਾ ਹੈ ਨਾ ਲਗਾ ਦਿੰਦੇ ਨੇ, ਵਾਹਿਗੁਰੂ ਨਾਲ ਜੋੜਦੇ ਨੇ। ਔਰ ਇਹ ਸਬਕ ਹੀ ਹੈ, ਵਾਹਿਗੁਰੂ ਦਾ ਨਾਮ ਹੀ ਹੈ
ਜਿਸ ਦਾ ਜ਼ਿਕਰ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਜੀ, ਨਾਮ ਤੁਲ ਕਛੇ ਅਵਰ ਨਾ ਹੋਏ। ਵਾਹਿਗੁਰੂ ਦਾ ਨਾਮ ਇਤਨੀਆਂ ਬਰਕਤਾਂ ਵਾਲਾ ਹੈ, ਇਤਨੀਆਂ ਬਖਸ਼ਾਂ ਵਾਲਾ ਹੈ, ਇਤਨਾ ਮਹਾਨ ਪ੍ਰਤਾਪੀ ਹੈ, ਇਤਨੀ ਇਸ ਦੀ ਵੱਡੀ ਮਹਿਮਾ ਹੈ, ਜਿਸ ਦੀ ਸਮਤਾ ਕਿਸੇ ਵੀ ਉਦਾਹਰਣ ਦੇ ਨਾਲ ਨਹੀਂ ਕੀਤੀ ਜਾ ਸਕਦੀ। ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਕੋਈ ਵਿਰਲਾ ਜਨ ਜਿਹੜਾ ਹੈ ਨਾ, ਉਹ ਇਸ ਢੰਗ ਦੇ ਨਾਲ ਸਮਝਦਾ ਹੈ, ਜਾਣ ਸਕਦਾ ਹੈ ਗੁਰੂ ਦੇ ਸਨਮੁਖ ਹੋ ਕੇ, ਗੁਰਮਤ ਅਨੁਸਾਰ ਚੱਲ ਕੇ। ਅਤੇ ਜਿਸ ਨੂੰ ਇਹ ਦਾਤ, ਜਿਸ ਮਨੁੱਖ ਨੂੰ ਇਹ ਦਾਤ ਲੱਭ ਜਾਂਦੀ ਹੈ, ਉਹ ਫਿਰ ਉਸਦਾ ਜੀਵਨ ਸਫਲ ਹੋ ਜਾਂਦਾ ਹੈ। ਅਗਲਾ ਜਿਹੜਾ ਸ਼ਲੋਕ ਹੈ, ਤੀਸਰਾ ਸ਼ਲੋਕ ਅਤੇ ਅਸ਼ਟਪਦੀ, ਇਸ ਦੇ ਵਿੱਚ ਜ਼ਿਕਰ ਕਰਦੇ ਨੇ ਗੁਰੂ ਪਾਤਸ਼ਾਹ ਕਿ ਵਾਹਿਗੁਰੂ ਦਾ ਨਾਮ ਕਿਤਨਾ ਸ੍ਰੇਸ਼ਟ ਹੈ। ਦੁਨੀਆਂ ਦੇ ਵਿੱਚ ਉਸ ਵੇਲੇ ਪ੍ਰਚਲਿਤ ਜਿਤਨੇ ਵੀ ਕਰਮ ਕੀਤੇ ਜਾਂਦੇ ਸਨ, ਉਹਨਾਂ ਕਰਮਾਂ ਦੇ, ਜਿਸ ਨੂੰ ਕਰਮ ਕਾਂਡ ਆਖਿਆ ਜਾਂਦਾ ਹੈ, ਉਹਨਾਂ ਕਰਮਾਂ ਦੀ ਕਰਨ ਦੀ ਬਦੌਲਤ ਮਨੁੱਖ ਨੂੰ ਕੀ ਕੁਛ ਪ੍ਰਾਪਤ ਹੁੰਦਾ ਸੀ। ਅਤੇ ਸਤਿਗੁਰੂ ਪਾਤਸ਼ਾਹ ਆਖਦੇ ਨੇ, ਕੁਛ ਵੀ ਪ੍ਰਾਪਤ ਹੋਇਆ ਹੋਵੇ ਅਤੇ ਭਾਵੇਂ ਨਾ ਹੋਇਆ ਹੋਵੇ, ਇਤਨੀਆਂ ਮਿਹਨਤਾਂ ਕਰਕੇ ਜੇ ਥੋੜ੍ਹਾ ਬਹੁਤਾ ਵੀ ਕੁਛ ਪ੍ਰਾਪਤ ਹੋ ਜਾਏ, ਬਜਾਏ ਇਸ ਦੇ ਕਿ ਵਾਹਿਗੁਰੂ ਜੀ ਦੇ ਨਾਲ ਉਸ ਦੇ ਸਿਮਰਨ ਦੇ ਨਾਲ ਜੁੜਿਆ ਜਾਵੇ, ਜਿਸ ਦੇ ਨਤੀਜੇ ਵਜੋਂ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਵਿਸਥਾਰ ਸਤਿਗੁਰਾਂ ਨੇ ਇਸ ਸ਼ਲੋਕ ਅਤੇ ਅਸ਼ਟਪਦੀ ਦੇ ਵਿੱਚ ਕੀਤਾ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਬਹੁ ਸ਼ਾਸਤਰ, ਬਹੁਤ ਸਾਰੇ ਸ਼ਾਸਤਰ, ਬਹੁਤ ਸਿਮਰਤੀ, ਬਹੁਤ ਸਾਰੀਆਂ ਸਿਮਰਤੀਆਂ, ਪੇਖੇ ਸਰਬ ਟੰਡੋਲ, ਸਾਰੇ ਚੰਗੀ ਤਰ੍ਹਾਂ ਵੇਖੇ, ਚੰਗੀ ਤਰ੍ਹਾਂ ਪੜ੍ਹੇ, ਚੰਗੀ ਤਰ੍ਹਾਂ ਸਟੱਡੀ ਕੀਤੀ, ਐਨਾਲਾਈਜ਼ ਕੀਤਾ, ਪੂਜਸ ਨਾਹੀ ਹਰ ਹਰੇ। ਅਸੀਂ ਇਸ ਨਿਰਣੇ 'ਤੇ ਪਹੁੰਚੇ ਹਾਂ ਕਿ ਇਹ ਧਾਰਮਿਕ ਅਤੇ ਭਾਈਚਾਰਕ ਰਸਮਾਂ ਸਿਖਾਉਂਦੇ ਨੇ, ਲੇਕਿਨ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਇਹ ਨਹੀਂ ਕਰ ਸਕਦੇ। ਪ੍ਰਭੂ ਦੇ ਨਾਮ ਦਾ ਮੁੱਲ ਜਿਹੜਾ ਹੈ ਨਾ, ਇਹਨਾਂ ਭਾਈਚਾਰਕ ਰਸਮਾਂ ਜੀਆਂ ਨਿਭਾ ਕੇ, ਇਹਨਾਂ ਧਰਮ ਗ੍ਰੰਥਾਂ ਦੇ ਅਨੁਸਾਰ ਚੱਲ ਕੇ ਨਹੀਂ ਕੀਤਾ ਜਾ ਸਕਦਾ, ਨਹੀਂ ਪਾਇਆ ਜਾ ਸਕਦਾ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ। ਜਾਪ ਤਾਪ ਕਰਨਾ, ਗਿਆਨ ਹੋਣਾ, ਧਿਆਨ ਹੋਣਾ, ਲਿਵ ਆਦਿਕ ਜਿਵੇਂ ਕਿ ਲੋਕ ਕਰਦੇ ਸਨ, ਵੇਦਾਂ ਦਾ ਜਾਪ ਕਰਨਾ, ਸਰੀਰ ਦੇ ਨਾਲ ਸਰੀਰ ਨੂੰ ਧੂਣੀਆਂ ਨਾਲ ਤਪਾਉਣਾ, ਗਿਆਨ ਦੀਆਂ ਗੱਲਾਂ ਕਰਨੀਆਂ, ਦੇਵਤਿਆਂ ਦੇ ਧਿਆਨ ਧਰਨੇ, ਖਟ ਸ਼ਾਸਤਰ ਸਿਮ੍ਰਿਤ ਵਖਿਆਨ, ਛੇ ਸ਼ਾਸਤਰਾਂ ਅਤੇ ਸਿਮਰਤੀਆਂ ਦਾ ਉਪਦੇਸ਼ ਕੋਈ ਕਰੇ, ਯੋਗ ਅਭਿਆਸ ਕਰਮ ਧਰਮ ਕਿਰਿਆ। ਅਤੇ ਯੋਗਾ ਅਭਿਆਸ ਕਰੇ, ਕਰਮ ਧਰਮ ਕਰੇ। ਕਰਮ ਧਰਮ ਤੋਂ ਭਾਵ ਹੈ ਕਰਮ ਕਾਂਡੀਆਂ ਵਾਲੇ ਜਿਹੜੇ ਉਹਨਾਂ ਨੇ ਜ਼ਿਕਰ ਕੀਤੇ ਨੇ, ਉਹਨਾਂ ਵਾਲੇ ਸਾਰੇ ਕਰਮ ਕਰੇ। ਸਗਲ ਤਿਆਗ ਬਨਮਦੇ ਫਿਰਿਆ, ਆਪਣੇ ਘਰ ਬਾਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਭੁੰਮਦਾ ਫਿਰੇ। ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਅਨੇਕਾਂ ਇਸ ਪ੍ਰਕਾਰ ਦੇ ਯਤਨ ਕੋਈ ਕਰੇ। ਪੁੰਨ ਦਾਨ ਹੁੰਮੇ ਬਹੁ ਰਤਨਾ, ਅਤੇ ਫਿਰ ਪੁੰਨ ਦਾਨ ਕਰੇ, ਬਹੁਤ ਸਾਰਾ ਘਿਓ ਜਿਹੜਾ ਹੈ ਨਾ ਉਹ ਹਵਨ ਕਰ ਦੇਵੇ। ਰਤਨ ਤੋਂ ਭਾਵ ਹੈ ਘਿਓ, ਬਹੁਤ ਸਾਰਾ ਘਿਓ ਰਤਨ ਜਿਹੜਾ ਹੈ ਉਹ ਹੋਮ ਕਰ ਦੇਵੇ, ਅੱਗ ਵਿੱਚ ਜਲਾ ਦੇਵੇ। ਕੇਵਲ ਫਿਰ ਘਿਓ ਵਾਲੀ ਗੱਲ ਹੀ ਨਹੀਂ, ਸਰੀਰ ਕਟਾਏ ਹੁੰਮੈ ਕਰ ਰਤੀ, ਆਪਣੀ ਰੱਤੀ ਰੱਤੀ ਕਰਕੇ ਸਰੀਰ ਨੂੰ ਕਟਾ ਕੇ ਥੋੜ੍ਹਾ ਥੋੜ੍ਹਾ ਕਰਕੇ ਉਹ ਵੀ ਭਾਵੇਂ ਅੱਗ ਵਿੱਚ ਕਿਉਂ ਨਾ ਜਲਾ ਦੇਵੇ। ਵਰਤ ਨੇਮ ਕਰੈ ਬਹੁ ਭੰਤੀ, ਵਰਤ ਰੱਖੇ ਅਨੇਕ ਪ੍ਰਕਾਰ ਦੇ, ਹੋਰ ਨੇਮ ਕਰੇ ਸੰਨਿਆਸੀਆਂ ਵਾਲੇ ਕਈ ਤਰ੍ਹਾਂ ਦੇ। ਨਹੀਂ ਤੁਲ ਰਾਮ ਨਾਮ ਵਿਚਾਰ। ਵਾਹ, ਪੰਜਵੇਂ ਪਾਤਸ਼ਾਹ ਜੀ ਸਾਨੂੰ ਪਿਆਰ ਨਾਲ ਫਰਮਾਉਂਦੇ ਨੇ, ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਐਸਾ ਕੁਛ ਵੀ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ,
ਜੇ ਕਿਤੇ ਗੁਰਮਤ ਅਨੁਸਾਰ ਚੱਲਦਿਆਂ ਹੋਇਆਂ ਸਮਝ ਕੇ ਇੱਕ ਵਾਰ ਵੀ ਨਾਮ ਜਪਿਆ ਜਾਏ ਨਾ, ਤਾਂ ਇਹ ਸਾਰੇ ਜਿਹੜੇ ਯਤਨ ਨੇ ਨਾ, ਜਿਹੜੇ ਦੁਨੀਆ ਕਰਦੀ ਪਈ ਹੈ, ਇਹ ਸਾਰੇ ਯਤਨ ਉਹਨਾਂ ਦੇ ਉਸ ਸਮੇਂ ਦੀ ਬਿਲਕੁਲ ਬਰਾਬਰੀ ਨਹੀਂ ਕਰ ਸਕਦੇ। ਨੌਖਣ ਪ੍ਰਿਥਵੀ ਫਿਰੈ ਚਿਰ ਜੀਵੈ। ਜੇ ਕੋਈ ਮਨੁੱਖ ਸਾਰੀ ਧਰਤੀ 'ਤੇ ਫਿਰੇ, ਚਿਰ ਜੀਵੈ, ਚਿਰ ਜੀਵੇ ਤੋਂ ਭਾਵ ਹੈ ਚਿਰ ਜੀਵੈ, ਚਿਰ ਜੀਵੇ ਤੋਂ ਭਾਵ ਹੈ ਲੰਬਾ ਸਮਾਂ ਜਿਉਂਦਾ ਰਹੇ। ਮਹਾ ਉਦਾਸ ਤਪੀਸਰ ਥੀਵੈ। ਜਗਤ ਵੱਲੋਂ ਵੱਡਾ ਤਿਆਗੀ ਬਣ ਜਾਵੇ, ਤਪੀਸਰ ਬਣ ਜਾਵੇ। ਅਗਨ ਮਾਏ ਹੋਮਤ ਪ੍ਰਾਨ। ਅੱਗ ਦੇ ਵਿੱਚ ਆਪਣੀ ਜਿੰਦ ਜਾਨ ਜਿਹੜੀ ਹੈ, ਆਪਣੇ ਪ੍ਰਾਣ ਜਿਹੜੇ ਨੇ, ਹੋਮ ਕਰ ਦੇਵੇ, ਭਾਵ ਪ੍ਰਵਾਹ ਨਾ ਕਰੇ। ਕਣਕੋ ਅਸਵ ਹੈਵਰ ਭੂਮਿਦਾਨ। ਕਣਕ ਕਹਿੰਦੇ ਨੇ ਸੋਨੇ ਨੂੰ, ਅਸਵ ਕਹਿੰਦੇ ਨੇ ਘੋੜੇ ਨੂੰ, ਹੈਵਰ ਕਹਿੰਦੇ ਨੇ ਹਾਥੀ ਨੂੰ, ਅਤੇ ਭੂਮੀ ਇਹ ਸਾਰਾ ਕੁਝ ਵਧੀਆ ਵਧੀਆ ਘੋੜੇ ਹਾਥੀ ਸੈਨਾ ਸੋਨਾ ਅਤੇ ਜ਼ਮੀਨ ਆਪਣੀ ਦਾਨ ਕਰ ਦੇਵੇ। ਨਿਓਲੀ ਕਰਮ ਕਰੈ ਬਹੁ ਆਸਨ। ਫਿਰ ਯੋਗੀਆਂ ਵਾਲੇ ਨਿਓਲੀ ਕਰਮ ਅਤੇ ਹੋਰ ਬਹੁਤ ਸਾਰੇ ਯੋਗ ਆਸਨ ਕਰੇ। ਜੈਨ ਮਾਰਗ ਸੰਜਮ ਅਤੇ ਸਾਧਨ। ਅਤੇ ਜੈਨੀਆਂ ਵਾਲੇ ਰਸਤੇ 'ਤੇ ਚੱਲ ਕੇ ਕਠਿਨ ਸਾਧਨਾ ਸਾਧੇ। ਨਿਮਖ ਨਿਮਖ ਕਰ ਸਰੀਰ ਕਟਾਵੈ। ਜੇ ਕੋਈ ਨਿਮਖ ਨਿਮਖ ਕਰਕੇ, ਥੋੜ੍ਹਾ ਥੋੜ੍ਹਾ ਕਰਕੇ ਵੀ ਆਪਣਾ ਸਰੀਰ ਕਿਉਂ ਨਾ ਕਟਾਵੇ। ਕਈ ਐਸੇ ਹੱਠੀ ਜਿਹੜੇ ਆਪਣੇ ਸਰੀਰ ਨੂੰ ਦੁੱਖ ਦੇਣ ਦੇ ਵਿੱਚ ਕਿਸੇ ਆਨੰਦ ਦੀ, ਕਿਸੇ ਸੁੱਖ ਦੀ ਪ੍ਰਾਪਤੀ ਨੂੰ ਮਹਿਸੂਸ ਕਰਦੇ ਨੇ, ਸਮਝਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਨਿਮਖ ਨਿਮਖ ਕਰ ਸਰੀਰ ਕਟਾਵੈ ਤਾਂ ਭੀ ਹਉਮੈ ਮੈਲ ਨਾ ਜਾਵੈ। ਸਰੀਰ ਕਟਾ ਦੇਣਾ ਇੱਕ ਹੋਰ ਗੱਲ ਹੈ, ਲੇਕਿਨ ਮਨੁੱਖ ਦੇ ਅੰਦਰੋਂ ਆਪਣੀ ਹਉਮੈ ਦੀ ਮੈਲ ਨੂੰ ਜਲਾ ਦੇਣਾ, ਮੈਲ ਨੂੰ ਕੱਟ ਦੇਣਾ, ਮੈਲ ਨੂੰ ਕੱਢ ਦੇਣਾ ਦੂਜੀ ਗੱਲ ਹੈ, ਜਿਹੜੀ ਇਹੋ ਜਿਹੇ ਯਤਨਾਂ ਦੇ ਨਾਲ ਬਿਲਕੁਲ ਨਹੀਂ ਹੁੰਦਾ ਕੁਛ ਵੀ। ਹਰ ਕੇ ਨਾਮ ਸੰਸਰ ਕਛੁ ਨਾਇ। ਵਾਹਿਗੁਰੂ ਜੀ ਦੇ ਨਾਮ ਦੇ ਅਨੁਸਾਰ, ਵਾਹਿਗੁਰੂ ਜੀ ਦੇ ਨਾਮ ਦੇ ਸੰਸਰ ਬਰਾਬਰ ਕੁਛ ਵੀ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਕੇਵਲ ਵਾਹਿਗੁਰੂ ਜੀ ਦਾ ਨਾਮ ਜਪ ਕੇ ਹੀ ਮਨੁੱਖ ਆਪਣੇ ਜੀਵਨ ਦੀ ਅਵਸਥਾ ਨੂੰ ਵਧੀਆ ਕਰ ਸਕਦੇ ਹਨ। ਮਨ ਕਾਮਨਾ ਤੀਰਥ ਦੇ ਛੁੱਟੈ। ਕਈਆਂ ਦੇ ਅੰਦਰ ਇੱਛਾ ਹੁੰਦੀ ਹੈ ਕਿ ਤੀਰਥਾਂ 'ਤੇ ਜਾ ਕੇ ਮੇਰਾ ਸਰੀਰ ਜਿਹੜਾ ਹੈ ਨਾ, ਸਰੀਰ ਦਾ ਚੋਲਾ ਛੁੱਟੇ, ਮੇਰੇ ਉੱਥੇ ਸਵਾਸ ਪੂਰੇ ਹੋਣ। ਗਰਭ ਗੁਮਾਨ ਨਾ ਮਨ 'ਤੇ ਹੁੱਟੈ। ਸਾਹਿਬ ਕਹਿੰਦੇ ਨੇ ਅਜਿਹਾ ਕਰ ਲੈਣ ਨਾਲ ਵੀ ਕੀ ਹੋ ਜਾਏ, ਮਨ ਲਓ ਵੀ ਤੀਰਥ 'ਤੇ ਜਾ ਕੇ, ਤੀਰਥ ਕਹਿ ਜਾਂਦੇ ਸਥਾਨ 'ਤੇ ਹੀ, ਉੱਥੇ ਜਾ ਕੇ ਸਵਾਸ ਪੂਰੇ ਹੋ ਜਾਣ, ਤਾਂ ਫਿਰ ਕੀ ਹੈ। ਜੀਵਨ ਨੂੰ ਵਧੀਆ ਬਣਾਉਣ ਵਾਸਤੇ ਤਾਂ ਅੰਦਰੋਂ ਗਰਭ ਗੁਮਾਨ ਤੋਂ ਬਚਣ ਦੀ ਲੋੜ ਹੈ, ਜਿਹੜਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਵੀ ਨਹੀਂ ਹੁੰਦਾ। ਸੋਚ ਕਰੈ ਦਿਨ ਸੁ ਅਰ ਰਾਤ। ਫਿਰ ਕੋਈ ਮਨੁੱਖ ਦਿਨ ਰਾਤ ਆਪਣੇ ਸਰੀਰ ਨੂੰ ਸੋਚਦਾ ਰਹਿ, ਭਾਵ ਮਾਂਜਦਾ ਰਹਿ, ਸਾਫ਼ ਕਰਦਾ ਰਹਿ, ਜਿਹਨੂੰ ਕਹਿੰਦੇ ਨੇ ਸਰੀਰ ਪਵਿੱਤਰ ਹੋ ਗਿਆ, ਸਰੀਰ ਨੂੰ ਇਸ ਢੰਗ ਦੇ ਨਾਲ ਬਾਹਰੀ ਤੌਰ 'ਤੇ ਮਾਂਜਣ ਦਾ ਯਤਨ ਕਰੇ, ਪਵਿੱਤਰ ਕਰਨ ਦਾ ਯਤਨ ਕਰੇ। ਸਾਹਿਬ ਕਹਿੰਦੇ ਨੇ ਤੁਹਾਨੂੰ ਕੋਈ ਪਵਿੱਤਰ ਕਰ ਲਵੇ ਤਾਂ ਕਰ ਲਵੇ, ਤੁਹਾਨੂੰ ਕੋਈ ਸੁੱਚਾ ਕਰ ਲਵੇ ਤਾਂ ਕਰ ਲਵੇ। ਮਨ ਕੀ ਮੈਲ ਨਾ ਤਨ 'ਤੇ ਜਾਤ। ਜਿਹੜੀ ਅੰਦਰ ਦੀ ਮੈਲ ਹੈ, ਇਹ ਤਨ ਨੂੰ ਸਾਫ਼ ਕੀਤਿਆਂ ਤਾਂ ਜਾ ਨਹੀਂ ਸਕਦੀ। ਇਸ ਦੇਹੀ ਕਹੋ ਬਹੁ ਸਾਧਨਾ ਕਰੈ। ਕੇਵਲ ਕਿਉਂਕਿ ਉਸਦੀ ਸਾਰੀ ਦੀ ਸਾਰੀ ਸਾਧਨਾ ਉਹ ਸਰੀਰ ਤੱਕ ਸੀਮਤ ਹੈ। ਮਨ 'ਤੇ ਕਬਹੂ ਨਾ ਵਿਖਿਆ ਟਰੈ। ਇੱਧਰ ਤਾਂ ਧਿਆਨ ਕਰਦਾ ਹੀ ਨਹੀਂ ਕਿ ਜ਼ਹਿਰ ਜਿਹੜੀ ਹੈ ਨਾ, ਉਹ ਸਰੀਰ ਦੇ ਬਾਹਰ ਨਹੀਂ ਜਿਹੜੀ ਮਲਮਲ ਕੇ ਲਾਈ ਜਾਏ, ਜ਼ਹਿਰ ਤਾਂ ਸਰੀਰ ਦੇ ਅੰਦਰ ਹੈ, ਤਨ ਦੇ ਅੰਦਰ, ਮਨ ਦੇ ਅੰਦਰ ਹੈ। ਸਾਹਿਬ ਕਹਿੰਦੇ ਨੇ ਅਜੇ ਬਾਹਰਲੇ ਕੀਤੇ ਯਤਨਾਂ ਦੇ ਨਾਲ ਉਸ ਮਾਇਆ ਜ਼ਹਿਰ ਤੋਂ ਬਚਦਾ ਨਹੀਂ। ਜਲ ਧੋਵੈ ਬਹੁ ਦੇ ਅਨੀਤ। ਬਸ ਜੇ ਕੋਈ ਇਸੇ ਯਤਨ ਦੇ ਵਿੱਚ ਲੱਗਾ ਹੋਇਆ ਹੈ, ਲਗਾਤਾਰ ਇਸ ਵਿਨਾਸ਼ ਨਾਸ਼ਵਾਨ ਵਿਨਾਸ਼ ਹੋ ਜਾਣ ਵਾਲੀ ਦੇਹ ਨੂੰ ਧੋਂਦਾ ਹੈ ਵਾਰ ਵਾਰ,
ਸ਼ੁੱਧ ਕਹਾਂ ਹੋਏ ਕਾਚੀ ਭੀਤ। ਭਲਾ ਤੁਸੀਂ ਦੱਸੋ ਬਈ ਕੱਚੀ ਕੰਧ ਜਿਹੜੀ ਬਣੀ ਹੋਈ ਹੋਵੇ ਉਸਨੂੰ ਪਾਣੀ ਨਾਲ ਧੋ ਧੋ ਕੇ ਉਸਦੀ ਮੈਲ ਦੂਰ ਕਰਨ ਦਾ ਕੋਈ ਮਨੁੱਖ ਯਤਨ ਕਰੇ ਕਿ ਉਸਦਾ ਯਤਨ ਸਫਲ ਹੋ ਸਕੇਗਾ? ਉਹ ਕੰਧ ਤਾਂ ਬਣੀ ਮਿੱਟੀ ਦੀ ਹੋਈ ਹੈ ਅਤੇ ਮਿੱਟੀ ਦੀ ਕੰਧ ਨੂੰ ਪਾਣੀ ਨਾਲ ਧੋਤੇ ਹਾਂ ਉਸਦੀ ਮਿੱਟੀ ਤਾਂ ਲਗਾਤਾਰ ਲਈ ਜਾਏਗੀ ਨਾ, ਖਰੀ ਜਾਏਗੀ ਨਾ, ਉਸਦੀ ਮੈਲ ਤਾਂ ਲਗਾਤਾਰ ਵਾਧਾ ਹੁੰਦਾ ਹੀ ਜਾਏਗਾ ਨਾ। ਸਤਿਗੁਰੂ ਕਹਿੰਦੇ ਨੇ ਅਜਿਹਾ ਕੁਝ ਨਾ ਇਵੇਂ ਹੁੰਦਾ ਹੈ ਜਿਹੜੇ ਲੋਕ ਕਰਮ ਕਾਂਡੀ ਬਣੇ ਫਿਰਦੇ ਹੋਣ। ਧਿਆਨ ਰੱਖਿਓ ਜੇ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਵਾਹਿਗੁਰੂ ਜੀ ਦੇ ਨਾਮ ਦੀ ਜਿਹੜੀ ਮਹਿਮਾ ਹੈ ਨਾ, ਵਡਿਆਈ ਹੈ, ਇਹ ਬੜੀ ਸ੍ਰੇਸ਼ਟ ਹੈ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਨਾਮ ਦੀ ਬਰਕਤ ਨਾਲ ਅਣਗਿਣਤ ਹੀ ਬੇਅੰਤ ਹੀ ਮੰਦ ਕਰਮੀ ਜੀਵ ਜਿਹੜੇ ਨੇ ਨਾ, ਉਹ ਵਿਕਾਰਾਂ ਤੋਂ ਬਚ ਜਾਂਦੇ ਹਨ। ਬਹੁਤ ਸਿਆਣਪ ਜਮਕਾ ਭਉ ਬਿਆਪ। ਫਿਰ ਸਤਿਗੁਰੂ ਜੀ ਹੋਰ ਪ੍ਰਮਾਣ ਕਰਦੇ ਨੇ, ਬੰਦੇ ਜਿਹੜੇ ਸਮਝਦੇ ਨੇ ਕਿ ਅਸੀਂ ਕੁਝ ਪੜ੍ਹ ਲਿਖ ਕੇ ਅਤੇ ਅਸੀਂ ਚਤੁਰਾਈਆਂ ਕਰ ਲਈਏ ਅਤੇ ਚਤੁਰਾਈਆਂ ਦੇ ਨਾਲ ਜਿੱਥੇ ਅਸੀਂ ਬਾਕੀਆਂ ਬਾਹਰਲਿਆਂ ਦੇ ਕੋਲੋਂ ਬਚ ਸਕਦੇ ਹਾਂ, ਉੱਥੇ ਅਸੀਂ ਅੰਦਰਲੇ ਬੈਠੇ ਵਿਕਾਰਾਂ ਰੂਪੀ ਜਮਾਂ ਤੋਂ ਵੀ ਬਚ ਸਕਦੇ ਹਾਂ। ਮਹਾਰਾਜ ਕਹਿਣ ਲੱਗੇ ਇਵੇਂ ਨਹੀਂ ਹੁੰਦਾ, ਇਵੇਂ ਨਹੀਂ ਹੋ ਸਕਦਾ। ਅਣਕ ਯਤਨ ਕਰ ਤ੍ਰਿਸ਼ਨਾ ਨਾ ਧਰਾਪ। ਤੁਰਾਈਆਂ ਕਰਨ ਨਾਲ ਤਾਂ ਬੰਦਿਆਂ ਦੀਆਂ ਤ੍ਰਿਸ਼ਨਾ ਵੱਧਦੀਆਂ ਨੇ, ਤ੍ਰਿਸ਼ਨਾਵਾਂ ਘਟਦੀਆਂ ਨਹੀਂ, ਧਰਾਪਦਾ ਰੱਜਦਾ ਨਹੀਂ ਹੈ। ਭੇਖ ਅਨੇਕ ਅਗਨ ਨਹੀਂ ਬੁੱਝੈ। ਅਨੇਕ ਪ੍ਰਕਾਰ ਦੇ ਧਾਰਮਿਕ ਕੀਤੇ ਹੋਏ ਬਣਾਏ ਹੋਏ ਭੇਖਾਂ ਦੇ ਨਾਲ ਵੀ ਇਹ ਤ੍ਰਿਖਾ ਜਿਹੜੀ ਹੈ ਨਾ, ਇਹ ਮਾਇਆ ਦੀ ਅੱਗ ਜਿਹੜੀ ਅੰਦਰ ਲੱਗੀ ਹੈ ਨਹੀਂ ਬੁੱਝਦੀ। ਕੋਟ ਉਪਾਵ ਦਰਗੈ ਨਹੀਂ ਸਿੱਜੈ। ਕਰੋੜਾਂ ਉਪਾਵ ਕਰ ਲੈਣ ਦੇ ਨਾਲ ਵੀ ਮਨੁੱਖ ਵਾਹਿਗੁਰੂ ਜੀ ਦੀ ਖੁਸ਼ੀ ਜਿਹੜੀ ਹੈ ਨਾ, ਨਹੀਂ ਲੈ ਸਕਦਾ, ਰੱਬੀ ਰਾਹ ਨੂੰ ਨਹੀਂ ਜਾਣ ਸਕਦਾ। ਝੂਠ ਸਨਾਹੀ ਉਬ ਪਿਆਲ। ਭਾਵੇਂ ਅਸਮਾਨ 'ਤੇ ਚੜ੍ਹ ਜਾਏ, ਭਾਵੇਂ ਪਤਾਲ ਵਿੱਚ ਚਲਾ ਜਾਏ, ਜੋ ਮਰਜ਼ੀ ਕਰ ਲਵੇ, ਸਿਆਣਪਾਂ ਦਾ ਇੱਧਰ ਇਸ ਥਾਂ 'ਤੇ ਕੋਈ ਮੁੱਲ ਨਹੀਂ ਪੈਂਦਾ। ਸਹਿ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਮੋਹ ਬਿਆ ਭੈ ਮਾਇਆ ਜਾਲ। ਸਗੋਂ ਮੋਹ ਦੇ ਵਿੱਚ ਫਸਿਆ ਹੋਇਆ ਨਾ, ਮਾਇਆ ਦੇ ਜਾਲ ਵਿੱਚ ਦਿਨ ਪ੍ਰਤੀ ਦਿਨ ਹੋਰ ਫਸਦਾ ਹੀ ਜਾਂਦਾ ਹੈ। ਅਵਰ ਕਰਤੂਤ ਸਗਲੀ ਜਮ ਡਾਨਾ। ਇਹ ਅਵਰ ਕਰਤੂਤ ਤੋਂ ਭਾਵ ਹੈ ਇਹ ਜਿਹੜੇ ਕਰਮ ਕਾਂਡ ਅਸੀਂ ਆਖਦੇ ਹਾਂ ਨਾ, ਅਜਿਹੇ ਕੀਤੇ ਹੋਏ ਫੋਕਟ ਕਰਮਾਂ ਦੇ ਕਰਨ ਦੇ ਨਾਲ, ਅਜਿਹੀਆਂ ਕਰਤੂਤਾਂ ਦੇ ਹੋਣ ਦੇ ਬਾਵਜੂਦ ਜਮ ਡਾਨਾ, ਜਮ ਦਾ ਸਾਨੂੰ ਡੰਨ ਲੱਗਦਾ ਹੈ, ਸਾਨੂੰ ਦੁੱਖ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ। ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਪ੍ਰਭੂ ਦੇ ਭਜਨ ਤੋਂ ਬਿਨਾਂ ਕੋਈ ਵੀ ਕੁਛ ਨਹੀਂ ਮੰਨਦਾ, ਕੋਈ ਵੀ ਕੁਝ ਨਹੀਂ ਮੰਨਿਆ ਜਾ ਸਕਦਾ। ਭਾਵ ਕੀ ਹੈ ਕਿ ਜੀਵਨ ਨੂੰ ਸਵਾਰਦਾ ਹੈ, ਅੰਦਰ ਨੂੰ ਧੋਂਦਾ ਹੈ, ਮਨ ਨੂੰ ਨਿਰਮਲ ਕਰਦਾ ਹੈ। ਵਾਹਿਗੁਰੂ ਦਾ ਧਿਆਨ, ਵਾਹਿਗੁਰੂ ਦਾ ਚਿੰਤਨ, ਜਿਹੜੇ ਬੰਦੇ ਇਹ ਕੁਝ ਕਰਨ ਦੀ ਬਜਾਏ ਐਵੇਂ ਧਰਮੀ ਕਹਿ ਸਮਝ ਕੇ ਅਤੇ ਕਰਮ ਕੀਤੀ ਜਾ ਰਹੇ ਨੇ, ਬਾਹਰਲੇ ਵਿਖਾਵੇ ਦੇ ਕਰਮ ਕੀਤੀ ਜਾ ਰਹੇ ਨੇ, ਭਾਵੇਂ ਉਹ ਤੀਰਥ ਇਸ਼ਨਾਨ ਹੈ ਅਤੇ ਭਾਵੇਂ ਕਿਸੇ ਹੋਰ ਪ੍ਰਕਾਰ ਦਾ ਹੋਮ ਹੈ, ਯੱਗ ਹੈ, ਇਤਿਆਦਿ ਹੈ, ਗੁਰੂ ਪਾਤਸ਼ਾਹ ਕਹਿੰਦੇ ਨੇ ਅਜਿਹਾ ਕੁਝ ਹੋਣ ਦੇ ਨਾਲ ਨਾ ਕੁਝ ਲਾਭ ਨਹੀਂ ਹੁੰਦਾ। ਹਰਿਕਾ ਨਾਮ ਜਪਤ ਦੁੱਖ ਜਾਏ। ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਹੀ ਦੁੱਖ ਜਾਂਦਾ ਹੈ। ਨਾਨਕ ਬੋਲਾ ਸਹਿਜ ਸੁਭਾਏ। ਸਾਹਿਬ ਜੀ ਆਖਦੇ ਨੇ ਸੱਚੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸਿੱਖ ਮਨੁੱਖ ਜਿਸ ਵੇਲੇ ਟਿਕ ਕੇ ਸਹਿਜ ਸੁਭਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਦਾ ਚਿੰਤਨ ਕਰਦਾ ਹੈ ਨਾ, ਤੇ ਸਾਰੇ ਦੁੱਖ ਜਿਹੜੇ ਨੇ ਉਹਦੇ ਅੰਦਰੋਂ ਦੂਰ ਹੋ ਜਾਂਦੇ ਹਨ। ਚਾਰ ਪਦਾਰਥ ਜੇ ਕੋ ਮੰਗੈ। ਜੇ ਕੋਈ ਮਨੁੱਖ ਲੋੜਵੰਦ ਜਿਹਾ ਬਣ ਜਾਏ ਤੇ ਚਾਰ ਪਦਾਰਥਾਂ ਦੀ, ਧਰਮ ਅਰਥ ਕਾਮ ਮੋਖ, ਭਾਵ ਆਪਾਂ ਇਉਂ ਕਹਿ ਲਈਏ ਵੀ ਸੰਸਾਰਕ ਪਦਾਰਥਾਂ ਦੀ ਇੱਛਾ ਲੈ ਬੈਠੇ ਤਾਂ ਕੀ ਕਰੇ? ਸਾਧ ਜਨਾਂ ਕੀ ਸੇਵਾ ਲੱਗ।
ਉਹ ਕਰੇ ਗੁਰਮੁਖਾਂ ਦੀ ਸੇਵਾ, ਗੁਰਮੁਖਾਂ ਦੀ ਸੇਵਾ ਵਿੱਚ ਲੱਗੇ। ਇੱਥੋਂ ਸੇਵਾ ਤੋਂ ਭਾਵ ਹੈ ਸੰਗਤ, ਅਤੇ ਸੰਗਤ ਤੋਂ ਕੀ ਭਾਵ ਹੈ, ਜਿਵੇਂ ਕਿ ਪਹਿਲਾਂ ਮੈਂ ਅਰਜ਼ ਕਰ ਚੁੱਕਾ ਸੰਖੇਪਤਾ ਦੇ ਨਾਲ, ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਆਵੇਗਾ ਅਤੇ ਗੁਰਮੁਖ ਜਿਹੜੇ ਨੇ ਨਾ ਕੋਲ ਆਉਣ ਵਾਲੇ ਨੂੰ ਉਸ ਵਾਹਿਗੁਰੂ ਦੇ ਨਾਲ ਜੋੜਦੇ ਨੇ, ਜਿਹੜਾ ਵਾਹਿਗੁਰੂ ਦਾਤਾ ਹੈ, ਜਿਹੜਾ ਵਾਹਿਗੁਰੂ ਸਾਡੇ ਅੰਦਰ ਸੰਤੋਖ ਬਿਰਤੀ ਬਖਸ਼ਿਸ਼ ਕਰ ਦਿੰਦਾ ਹੈ।